स्पाउस ओपन वर्क परमिट कैनेडा के बारे गल करांगे। समय समय से ओपन वर्क परमिट की एप्लीकेशन के अपडेट्स आउंदियां रहिंदियां। मेरी तो मेरी टीम की एक कोशिश रहिंदी है कि हर एक अपडेट तक तुहानू जाणू करवाया जाए। सो तुहानू याद होगा पिछे जे स्पाउस ओपन वर्क परमिट के जिहड़ी रिफ्यूजल आउंदी सी बहुत ज़्यादा, जिहदे विच कहा जांदा सी तुहाडा स्पाउस जां तां फुल टाइम स्टूडेंट नहीं है जां उह फुल टाइम वर्कर नहीं है। हुण स्पाउस जो स्टडी भी कर रहा हुंदा, कम भी कर रहा हुंदा, तो उसके पिछे रीजन की हुंदा, क्योंकि बहुत सारे एप्लीकेंट जिन्हां दे स्पाउस ड्यूरिंग द स्टडी 150 दिन तो ज़्यादा जिहड़ा ड्रॉप लै जांदे सीगे, तां उस तो बाद PGWP यानी पोस्ट ग्रैजुएट वर्क परमिट दे लई एलिजिबल नहीं हुंदे सी। अगर वह PGWP लई एलिजिबल नहीं हुंदे तां उन्हां दा स्पाउस भी स्पाउस ओपन वर्क परमिट नहीं अपलाई कर सकता सी। उत्थे ही बहुत सारे एप्लीकेंट दा जिहड़ा स्पाउस है वह कैनेडा दे विच फुल टाइम वर्कर हुंदा, बट उन्हां दे कोल नॉक सी दी जॉब हुंदी है, नॉक बी जां ए जां ओ कैटेगरी दी जॉब नहीं हुंदी सी, तां उन्हां नूं भी रिफ्यूज़ कीता जांदा सी वी तुहाडा स्पाउस फुल टाइम स्टूडेंट नहीं है। ते उस तो बाद जदों टीयर सिस्टम आया तां इह अपडेट भी चक दित्ती गई सी, क्योंकि लेबर शॉर्टेज नूं ध्यान च रखदे होए कैनेडा ने बहुत सारियां तब्दीलियां जिहड़ियां कानूनां दे विच कीतियां सी। उत्थे इक जिहड़ी तब्दीली इह भी सी जिन्हां ਦਾ ਸਪਾਊਸ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ, ਚਾਹੇ ਉਸਦੇ ਕੋਲ ਨੌਕ ਸੀ ਯਾਨੀ ਟੀਅਰ 4 ਲੈਵਲ ਦੀ ਵੀ ਜੌਬ ਹੋਵੇ, ਫਿਰ ਵੀ ਕੋਈ ਪ੍ਰੋਬਲਮ ਨਹੀਂ, ਤੁਸੀਂ ਆਪਣਾ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਤੇ ਬਹੁਤ ਸਾਰੇ ਐਪਲੀਕੈਂਟ ਇਸ ਗੱਲ ਦੇ ਉੱਪਰ ਯਕੀਨ ਨਹੀਂ ਕਰਦੇ ਸੀਗੇ। ਅੱਜ ਸਾਡੇ ਐਪਲੀਕੈਂਟ ਜਗਦੀਪ ਸਿੰਘ ਗਿੱਲ ਦਾ ਸਪਾਊਸ ਓਪਨ ਵਰਕ ਪਰਮਿਟ ਅਪਰੂਵ ਹੋਇਆ ਤੇ ਇਹਨਾਂ ਦੇ ਸਪਾਊਸ ਦੇ ਕੋਲ ਨੌਕ ਸੀ ਲੈਵਲ ਦੀ ਜੌਬ ਹੈ ਯਾਨੀ ਟੀਅਰ 4 ਲੈਵਲ ਦੀ ਜੌਬ ਹੈ। ਸੋ ਜਗਦੀਪ ਸਿੰਘ ਗਿੱਲ ਦਾ ਸਪਾਊਸ ਓਪਨ ਵਰਕ ਪਰਮਿਟ ਦੀ ਅਗਰ ਆਪਾਂ ਗੱਲ ਕਰੀਏ, ਜਗਦੀਪ ਸਿੰਘ ਗਿੱਲ ਰਹਿਣ ਵਾਲੇ ਨੇ ਵਿਲੇਜ ਸੂਰਗਰਾਹੀ ਤਹਿਸੀਲ ਜੈਤੋ ਫਰੀਦਕੋਟ ਦੇ, ਐਂਡ ਇਹਨਾਂ ਦੀ ਜਿਹੜੀ ITI ਕੀਤੀ ਹੈ 2019 ਦੇ ਵਿੱਚ, ਉਸ ਤੋਂ ਬਾਅਦ ਇਹ ਖੇਤੀਬਾੜੀ ਕਰਦੇ ਨੇ ਅਤੇ ਇਹਨਾਂ ਦੇ ਵਾਈਫ ਜਿਹੜੇ ਵਰਕ ਪਰਮਿਟ 'ਤੇ ਨੇ ਟੀਮ ਮੈਂਬਰ ਨੇ, ਐਂਡ ਨੌਕ ਸੀ ਯਾਨੀ ਟੀਅਰ 4 ਦੇ ਵਿੱਚ ਇਹਨਾਂ ਦੀ ਜੌਬ ਆਉਂਦੀ ਹੈ। ਸੋ ਟੋਟਲ ਅਗਰ ਗੱਲ ਕਰੀਏ ਇਹਨਾਂ ਦਾ 2 ਸਾਲ ਦਾ ਐਜੂਕੇਸ਼ਨ ਗੈਪ ਸੀ, 4 ਸਾਲ ਦਾ ਜਿਹੜਾ ਏਜ ਗੈਪ ਸੀਗਾ, ਐਂਡ ਜਿਹੜੀ ਫਾਈਲ ਇਹਨਾਂ ਦੀ 2 ਜੂਨ 2023 ਨੂੰ ਸਬਮਿਟ ਹੁੰਦੀ ਹੈ, 14 ਜੂਨ ਨੂੰ ਬਾਇਓਮੈਟ੍ਰਿਕ ਹੁੰਦੀ ਹੈ, 14 ਜੂਨ ਨੂੰ ਹੀ ਮੈਡੀਕਲ ਇਹਨਾਂ ਦਾ ਪਾਸ ਹੁੰਦਾ ਅਤੇ 19 ਜੁਲਾਈ ਨੂੰ ਇਹਨਾਂ ਨੂੰ ਓਰੀਜਨਲ ਪਾਸਪੋਰਟ ਰਿਕੁਐਸਟ ਆਉਂਦੀ ਹੈ। ਸੋ ਜਿੰਨਾ ਐਪਲੀਕੈਂਟ ਦੇ ਸਪਾਊਸ ਕੈਨੇਡਾ ਦੇ ਵਿੱਚ ਵਰਕ ਪਰਮਿਟ 'ਤੇ ਨੇ ਅਤੇ ਕਿਸੇ ਨਾ ਕਿਸੇ ਰੀਜ਼ਨ ਕਰਕੇ ਉਹਨਾਂ ਕੋਲ ਨੌਕ ਬੀ ਯਾਨੀ ਟੀਅਰ 1-3 ਲੈਵਲ ਦੀ ਜੌਬ ਨਹੀਂ ਹੈ, ਨੌਕ ਸੀ ਦੀ ਜੌਬ ਆ, ਚਾਹੇ ਉਹ ਐਜ਼ ਆ ਵੇਟਰ ਐਜ਼ ਆ ਟੀਮ ਮੈਂਬਰ ਉੱਥੇ ਕੰਮ ਕਰ ਰਹੇ ਆ, ਤਾਂ ਉਹਨਾਂ ਕੋਲ ਵੀ ਇੱਕ ਸਹੀ ਸਮਾਂ ਉਹ ਆਪਣਾ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰ ਰਹੇ ਆ, ਕਿਉਂਕਿ ਨੌਕ ਸੀ ਲੈਵਲ ਦੀ ਜੌਬ 'ਤੇ ਵੀ ਜਿਹੜਾ ਸਕਸੈਸ ਰੇਟ ਉਹ ਬਹੁਤ ਵਧੀਆ ਆ ਰਿਹਾ, ਡਿਸੀਜ਼ਨ ਵਧੀਆ ਆ ਰਿਹਾ, ਔਰ ਤੁਹਾਡੀ ਐਪਲੀਕੇਸ਼ਨ ਇਸ ਵਜ੍ਹਾ ਕਰਕੇ ਨਹੀਂ ਰਿਫਿਊਜ਼ ਕੀਤੀ ਜਾਊਗੀ, ਤੁਹਾਡੇ ਸਪਾਊਸ ਕੋਲ ਨੌਕ ਸੀ ਲੈਵਲ ਦੀ ਜੌਬ ਹੈ। ਧੰਨਵਾਦ।